श्री गुरु ग्रंथ साहब जी दियां होईयां बेअदबियां ते कोई इंसाफ ना मिलन करके सिख चेतना लहर वल्लों दस्तखती मुहिम शुरू की गई, जिस तहत संगतां दे 1 करोड़ दस्तखत करवा के राष्ट्रपति नूं मंग पत्र देना तां जो कि धारा 195A कानून नूं सख्ती नाल लागू किया जा सके, तां जो कि किसी भी धर्म की आड़ विच किसी धर्म के ग्रंथ साहब की बेअदबी ना हो सके। जिथे श्री गुरु ग्रंथ साहब की बेअदबी हुई है उन्हां नूं इंसाफ मिल सके अते माड़े अंसरां नूं सख्त जामा मिल सकन। जिस तहत अज संत महापुरख बुद्धिजीवी अते गुणी ज्ञानियों वालों एक अहम सम्मेलन रखा गया, जिसकी मुख्य सेवा संत बाबा गुरमीत सिंह जी खोसा कोटला, संत बाबा महिंदर सिंह जी जनेर टकसाल वालों वालों गुरद्वारा संत बाबा हमीर सिंह जी जनेर विखे महा संत सम्मेलन करवाया गया, जिस विच बुद्धिजीवियों ने हाजरी भरी ते अपने विचार दसे। मोगा तो महिंदर सिंह सोता की रिपोर्ट। ਪੰਜਾਬ ਦੀ ਸਜਾਦ ਸਹੀ ਸਲਾਮਤ ਰੱਖਣ ਲਈ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਹਰ ਰੱਖਣ ਲਈ ਸਮੁੱਚੇ ਪੰਜਾਬ ਦੇ ਸਨ ਇਹਨਾਂ ਦੀ ਗਿਣਤੀ ਦਾ ਪਾਲਣ ਕਰ ਰਹੇ। ਆਉਣ ਵਾਲੇ ਸਮੇਂ ਵਿੱਚ ਵੱਧ ਜਾਏਗਾ ਗੁਰਮਤਿ ਚੇਤਨਾ ਲਹਿਰ ਵਿੱਚ ਸ਼ਾਮਿਲ ਹੋਣ ਲਈ ਪਿੰਡ ਜਲੇਰ ਦੇ ਗੁਰਦੁਆਰਾ ਸਾਹਿਬ ਵਿੱਚ ਹੋਏ ਸਿੱਖੇ ਆਉਣ ਵਾਲੇ ਸਮੇਂ ਵਿੱਚ ਚੰਗੇ ਨਿਕਲਣ ਦੀ ਆਸ ਹੈ। ਅਸੀਂ ਕੇਵਲ ਪੰਜਾਬ ਦੇ ਵਾਤਾਵਰਨ ਲਈ ਨਹੀਂ ਐਜੂਕੇਸ਼ਨ ਲਈ ਵੀ ਕੁਝ ਕਰਾਂਗੇ, ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਰਾਂਗੇ। ਪਰ ਗੁਰੂ ਕਿਰਪਾ ਕਰੇ ਸੱਚੇ ਆਤਮਾ ਤੇ ਕਰਵਾ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਕੀ ਕਿੱਥੇ ਤੱਕ ਪਹੁੰਚੀ? ਸਭ ਤੋਂ ਪਹਿਲੇ ਮੀਡੀਆ ਰਾਹੀਂ ਜਿਹੜੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਸਿੱਖ ਚੇਤਨਾ ਲਹਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਹੋ ਰਹੀਆਂ ਬੇਅਦਬੀਆਂ ਦਾ ਇਨਸਾਫ ਦਵਾਉਣ ਵਾਸਤੇ ਜਿਹੜੀ ਦਸਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਲਗਭਗ ਉਹ ਆਪਣੇ ਕਦਮ ਦਰ ਕਦਮ ਚੱਲਦਿਆਂ ਹੋਇਆ ਵੱਡੇ ਸਮਾਗਮਾਂ ਦੇ ਵਿੱਚ ਜਿਹੜੇ ਪੰਥਕ ਸਮਾਗਮ ਹੁੰਦੇ ਨੇ ਹਰ ਛੋਟੇ ਸਮਾਗਮਾਂ ਰਾਹੀਂ ਲੋਕਾਂ ਅੰਦਰ ਚੇਤਨਾ ਦਾ ਹਿੱਸਾ ਬਣਦੀ ਜਾ ਰਹੀ ਹੈ। ਉਸੇ ਸੰਦਰਭ ਵਿੱਚ ਅੱਜ ਦੀ ਇਹ ਜਿਹੜੀ ਹੈਗੀ ਆ ਇਕੱਤਰਤਾ ਰੱਖੀ ਗਈ ਸੀ, ਜਿਸ ਵਿੱਚ ਪੰਜਾਬ ਭਰ ਤੋਂ ਸਮੂਹ ਮਹਾਂਪੁਰਖਾਂ ਨੇ ਸ਼ਿਰਕਤ ਕੀਤੀ ਹੈ ਅਤੇ ਨਾਲ ਸਾਰੇ ਮਹਾਂਪੁਰਖਾਂ ਨੇ ਇਹ ਅਹਿਦ ਲਿਆ ਹੈਗਾ ਵੀ ਜਿਹੜੇ ਇਹ ਦਸਤਖਤ ਆ ਹੋਰ ਵੱਧ ਤੋਂ ਵੱਧ ਕਰਵਾ ਕੇ ਜਿਹੜਾ ਹੈਗਾ 1 ਕਰੋੜ ਦੀ ਆਪਣਾ ਜਿਹੜਾ ਏਮ ਹੈਗਾ ਉਹਨੂੰ ਗੇਨ ਕੀਤਾ ਜਾਊਗਾ। ਅਤੇ ਨਾਲ ਨਾਲ ਇਹਦੇ ਕਿਉਂਕਿ ਇੱਕ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਅਗਰ ਅਸੀਂ ਜੀਂਦੇ ਹਾਂ ਹਵਾ ਪਾਣੀ ਦੀ ਖੁਰਾਕ ਨਾਲ, ਅਗਰ ਜੀਂਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਤਾਂ ਹਮੇਸ਼ਾ ਸਲੋਕ ਨੂੰ ਯਾਦ ਕਰਨ ਵਾਸਤੇ ਆਪਣੇ ਜ਼ਿੰਦਗੀ ਦਾ ਅੰਗ ਬਣਾ ਕੇ ਰੱਖੀਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਤਾਂ ਕਿ ਆਪਣੇ ਪੰਜਾਬ ਨੂੰ ਪੰਜਾਬੀਅਤ ਨੂੰ ਇਹਦੀ ਲੰਬਰਦਾਰਤਾ ਨੂੰ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰ ਸਤਿਕਾਰ ਨੂੰ ਆਪਣੇ ਜੀਵਨ ਅੰਦਰ, ਆਪਣੇ ਚੁਗਿਰਦੇ ਦੇ ਅੰਦਰ, ਹਰ ਆਪਣੇ ਕੰਟੈਕਟ ਕੰਸਰਨ ਵਿੱਚ ਆਉਣ ਵਾਲੇ ਦੇ ਅੰਦਰ ਇਹ ਭਾਵਨਾ ਜਿੱਤ ਕੇ ਦੱਸ ਸਕਦੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ, ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ। ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ। ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ। ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ। ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ, ਅਮੈਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ, ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ। ਚੁੱਕੇ ਜਾਣਗੇ ਮਸਲੇ, ਹੋਵੇਗੀ ਹੱਕ ਦੀ ਗੱਲ। ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼। ਰੋਜ਼ਾਨਾ ਅੱਜ ਦੀ ਆਵਾਜ਼, ਪੰਜਾਬ ਦੀ ਭਰੋਸੇਮੰਦ ਅਖ਼ਬਾਰ।